ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਹੁਣੇ-ਹੁਣੇ ਅਪਡੇਟ ਆਈ ਹੈ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਬੇਰਜ਼ਗਾਰ ਅਧਿਆਪਕਾਂ ਨੂੰ ਸਰਕਾਰ ਐ ਜਿਹੜੀ ਰੋਜ਼ਗਾਰ ਦੇਣ ਦੇ ਯਤਨ ਕਰਨ ਜਾਰੀ ਹੈ ਸਕੂਲਾਂ ਵਿੱਚ ਖਾਲੀ ਜੋ ਅਸਾਮੀਆਂ ਨੇ ਉਹਨਾਂ ਦੇ ਵੇਰਵੇ ਜਿਹੜੇ ਮੰਗੇ ਗਏ ਐ ਸਰਕਾਰੀ ਨੌਕਰੀ ਐ ਜਾਂ ਫਿਰ ਪ੍ਰਾਈਵੇਟ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਆਫੀਸ਼ੀਅਲ ਨੋਟੀਫਿਕੇਸ਼ਨ ਲਈ ਟੈਲੀਗ੍ਰਾਮ ਗਰੁੱਪ ਜ ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤਾਂ ਸ਼ੇਅਰ ਕਰਦੇ ਆਂ ਜੀ ਇਹ ਹੁਣੇ ਆਈ ਅਪਡੇਟ ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਜਦੋਂ ਸਰਕਾਰੀ ਸਕੂਲਾਂ ਵਿੱਚ ਪੂਰਾ ਨਾ ਹੁੰਦਾ ਦੇਖਿਆ ਤਾਂ ਹੁਣ ਉਹਨਾਂ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਜਾਨੀ ਕਿ ਨਿੱਜੀ ਸਕੂਲਾਂ ਵਿੱਚੋਂ ਆਪਣੀ ਖੋਈ ਹੋਈ ਰਾਜਨੀਤਿਕ ਸਾਖ ਨੂੰ ਬਚਾਉਣ ਲਈ ਜ਼ਮੀਨ ਤਲਾਸ਼ਣੀ ਜੜੀਆ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਪ੍ਰਸੰਗ ਚ ਵੇਜ਼ਗਾਰ ਅਧਿਆਪਕਾਂ ਨੂੰ ਇਨਾ ਸਕੂਲਾਂ ਚ ਰੋਜ਼ਗਾਰ ਮਈਆ ਕਰਵੋਣ ਦੇ ਜਾਂ ਤਨ ਸ਼ੁਰੂ ਕੀਤੇ ਹਨ ਜਿਸ ਦੀ ਤਾਜ਼ਾ ਉਦਾਹਰਣ ਜ਼ਿਲ੍ਹਾ ਸੰਗਰੂਰ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਵੱਲੋਂ ਜਾਰੀ ਕੀਤੇ 15 ਨੰਬਰ ਪੱਤਰ ਨੰਬਰ 192021 ਰੋਜ਼ਗਾਰ ਮੇਲਾ ਅਸਾਮੀਆਂ 2021 ਤਾਂ ਇਹ ਨੰਬਰ ਹੈ ਇਹਦੇ ਤਹਿਤ ਮਿਲਦੀ ਹੈ ਜਿਸ ਤਹਿਤ ਉਹਨਾਂ ਜ਼ਿਲ੍ਹੇ ਦੇ ਵੱਖ-ਵੱਖ ਗੈਰ ਸਹਾਤਾ ਸਹਾਇਤਾ ਪ੍ਰਾਪਤ ਸਕੂਲਾਂ ਦੇ ਮੁਖੀਆਂ ਨੂੰ ਈਮੇਲ ਰਾਹੀਂ ਭੇਜੇ ਪੱਤਰ ਰਾਹੀਂ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੇ ਵੇਰਵੇ ਮੰਗੇ ਗਏ ਨੇ ਪੱਤਰ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਸੂਚਨਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਦੇ ਅਨੁਸਾਰ ਮੰਗੀ ਗਈ ਹੈ ਤਾਂ ਜੋ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਰੁਜ਼ਗਾਰ ਮੇਲੇ ਤਹਿਤ ਇਹਨਾਂ ਖਾਲੀ ਅਸਾਮੀਆਂ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਿਹੜਾ ਉਹ ਦਿੱਤਾ ਜਾ ਸਕੇ ਸੋ ਕਹਿਣ ਤੋਂ ਪਹਿਲਾਂ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਨੇ ਇਹਨਾਂ ਦੇ ਵੇਰਵੇ ਮੰਗੇ ਗਏ ਹੈ ਅਤੇ ਰੁਜ਼ਗਾਰ ਮੇਲੇ ਲਗਾਏ ਜਾਣਗੇ ਇਹਦੇ ਵਿੱਚ ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਜਾਣਗੀਆਂ ਇਹ ਅਪਡੇਟ ਦਾ ਇਹ ਮਤਲਬ ਹੈ ਤੁਹਾਡੇ ਇਸ ਪ੍ਰਤੀ ਕੀ ਵਿਚਾਰ ਨੇ ਕੀ ਸਰਕਾਰ ਦਾ ਇਹ ਕਦਮ ਹੈ ਜਿਹੜਾ ਚੰਗਾ ਹੈ ਸੋ ਆਪਣੇ ਵਿਚਾਰ ਜਰੂਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਬਾਕੀ ਅੱਗੇ ਜੋ ਅਪਡੇਟ ਆਏਗੀ ਨਾਲ ਨਾਲ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ